ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MS Solju Study 34 Jawdeep Tsire MS Solju Study 34 Jaw. ਔਰ ਗੱਲ ਕਰਦੇ ਹਾਂ ਪੰਜਾਬੀ ਮਾਸਟਰਕੀਟ ਦੇ ਅੱਜ ਦੇ ਲੈਕਚਰ ਦੀ ਔਰ ਇਸ ਤੋਂ ਪਹਿਲਾਂ ਜਿੰਨੇ ਵੀ ਜਿਹੜੇ ਲੈਕਚਰ ਬਣ ਚੁੱਕੇ ਤੁਸੀਂ ਉਹਨਾਂ ਨੂੰ ਦੇਖਣ ਲਈ ਇਸ ਵੀਡੀਓ ਦੇ ਡਿਸਕਸ਼ਨ ਬਾਕਸ ਵਿੱਚ ਜਾ ਸਕਦੇ ਹੋ ਔਰ ਜਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਪਲੇਲਿਸਟ ਦੇ ਵਿੱਚ ਵੀ ਉਹ ਲੈਕਚਰ ਦੇਖ ਸਕਦੇ ਹੋ। ਔਰ ਪੰਜਾਬੀ ਮਾਸਟਰਕੀਟ ਦੀ ਤੁਹਾਨੂੰ ਪਤਾ ਹੀ ਹੈ ਕਿ 5000 ਦੀ ਜਿਹੜੀ ਇੱਕ ਸੀਰੀ ਜਿਹੜੀ ਤੜੇ ਲਈ ਲੈ ਕੇ ਆਏ ਆ। ਠੀਕ ਹੈ 5000 ਕੁਐਸਚਨ ਜਿਹਦੇ ਤੁਹਾਨੂੰ ਕਰਾਏ ਜਾਣਗੇ ਔਰ ਪੰਜਾਬੀ ਮਾਸਟਰਕੀਟ ਦਾ ਤੜੇ ਲਈ ਬੈਸਟ ਤਿਆਰੀ ਇਸ ਚੈ ਅਸਟ੍ਰੋਥੀਓਰੀ ਟਾਈਪ ਤੜੇ ਜੀ ਸਾਰੇ ਕਵੀਆਂ ਦੇ ਬਾਰੇ ਜਿਹੜੀ ਬਾਇਓ ਡਾਟਾ ਜਿਹੜਾ ਤੁਹਾਨੂੰ ਇਸ ਚੈਨਲ ਤੇ ਮਿਲੇਗਾ ਔਰ ਜਿੰਨੇ ਨਾਵਲਕਾਰ ਹੋਣਗੇ ਜਿੰਨੇ ਕਹਾਣੀਕਾਰ ਹੋਣਗੇ ਔਰ ਬਿਲਕੁਲ ਸਿਲੇਬਸ ਦੇ ਮੁਤਾਬਕ ਜਿਹੜੀ ਤਿਆਰੀ ਦੇਖਣ ਨੂੰ ਮਿਲੇਗੀ ਔਰ ਜੋ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਨੋਟੀਫਿਕੇਸ਼ਨ ਆਲ ਇੰਡੀਆ ਔਰ ਪੰਜਾਬ ਦੇ ਜੋਰ ਨਾਲ ਸੁਣਦੇ ਇਹਨਾਂ ਨੂੰ ਤੁਹਾਨੂੰ ਮਿਲਦੇ ਰਹਿਣਗੇ ਔਰ ਗੱਲ ਕਰਦੇ ਆ ਅੱਜ ਦੇ ਲੈਕਚਰ ਦੀ ਔਰ ਇਹ ਲੈਕਚਰ ਰਹੇਗਾ ਅੱਜ ਵਾਲਾ ਲਗਭਗ ਕਹਿ ਸਕਦੇ ਆ ਆਪਾਂ ਇਸ ਤੋਂ ਪਹਿਲਾਂ ਜਿਹੜੇ ਲੈਕਚਰ ਬਣ ਚ ਔਰ ਗੱਲ ਕਰਦੇ ਹਾਂ ਅੱਜ ਦੀ ਫਰਸਟ ਕਵਿਚਨੀ ਰਾਸਨ ਨਿਸ਼ਪਤੀ ਸਿਧਾਂਤ ਕਿਸ ਸਾਹਿਤਿਆਚਾਰਿਆ ਨੇ ਦਿੱਤਾ ਹੈ ਭਰਤਮੁਨੀ ਨੇ ਦੰਡੀ ਨੇ ਔਰ ਪਹਾਮਿਆ ਨੇ ਔਰ ਕੁੰਤਕ ਨੇ ਇਸ ਦਾ ਰਾਈਟ ਆਨਸਰ ਹੋਏਗਾ ਜੋ ਹੋਗਾ ਨੰਬਰ 1 ਭਰਤਮੁਨੀ ਨੇ ਨੈਕਸਟ ਅਦਭੁਤ ਰਸਦਾ ਸਥਾਈ ਭਾਵ ਕਿਹੜਾ ਹੈ ਅਦਭੁਤ ਰਸਦਾ ਜਿਹੜਾ ਸਥਾਈ ਭਾਵ ਹੁੰਦਾ ਹੈ ਉਹ ਕਿਹੜਾ ਹੁੰਦਾ ਹੈ ਅਦਭੁਤ ਰਸਦਾ ਜਿਹੜਾ ਸਥਾਈ ਭਾਵ ਹੋਏਗਾ ਰਾਈਟ ਆਨਸਰ ਕੀ ਹੋਏਗਾ ਇਸ ਦਾ ਔਰ ਕ્રોਧ ਹੋਏਗਾ ਅਰਤੀ ਹੋਏਗਾ ਔਰ ਸ਼ੋਕ ਹੋਏਗਾ ਔਰ ਹੈਰਾਨੀ ਹੋਏਗਾ ਆਦ ਪੁੱਤਰਸ ਦਾ ਸਥਾਈ ਪਾਵ ਹੋਏਗਾ ਨੰਬਰ 4 ਹੈਰਾਨੀ ਨੈਕਸਟ ਸਾਹਿਤ ਦੀ ਸਮਝ ਦਾ ਲੇਖਕ ਹੈ ਸਾਹਿਤ ਦੀ ਸਮਝ ਇੱਕ ਰਚਨਾ ਹੈਗੀ ਆ ਔਰ ਇਸ ਦਾ ਲੇਖਕ ਕਿਸ ਨੂੰ ਮੰਨਿਆ ਜਾਂਦਾ ਤਾਂ ਇਸ ਦਾ ਜਿਹੜਾ ਲੇਖਕ ਹੈ ਉਹ ਹੈ ਕਿਸ਼ਨ ਸਿੰਘ ਨੈਕਸਟ ਗੱਲ ਕਰ ਲੈਨੇ ਆ ਅਗਨੀ ਪ੍ਰੀਖਿਆ ਕਿਸ ਲੇਖਕ ਦੀ ਰਚਨਾ ਹੈਗੀ ਹੈ ਅਗਨੀ ਪ੍ਰੀਖਿਆ ਇਹ ਵੀ ਇੱਕ ਰਚਨਾ ਹੈਗੀ ਆ ਔਰ ਕਿਸ ਲੇਖਕ ਦੀ ਹੈਗੀ ਹੈ ठीक है और लेख कह सकते आप क्योंकि लेखक दे लिखे है और लेख ही होएगा और ए होएगा अमृत प्रीतम दिलीप कौर टिवाणा और बचिंत कौर अजीत कौर राइट आंसर हो गया नंबर टू दिलीप कौर टिवा नेक्स्ट गल करते हैं चिकड़ दूर कर और गलीए चिक्कड़ दूरकर साहित्यकादमी पुरस्कृत रचना का लेख कौन है ਔਰ ਇੱਕ ਇਹ ਰਚਨਾ ਹੈਗੀ ਆ ਔਰ ਜਿਸ ਨੂੰ ਕੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਔਰ ਇਸ ਨੂੰ ਤੁਸੀਂ ਯਾਦ ਰੱਖਣਾ ਔਰ ਇਸ ਦਾ ਜਿਹੜਾ ਲੇਖਕ ਕਿਸ ਨੂੰ ਮੰਨਿਆ ਜਾਂਦਾ ਲੇਖਕ ਮੰਨਿਆ ਜਾਂਦਾ ਬੰજારਾ ਬੇਦੀ ਨੂੰ ਠੀਕ ਹੈ ਬੰજારਾ ਬੇਦੀ ਦੀ ਰਚਨਾ ਹੈਗੀ ਆ ਜਿਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੋਇਆ ਔਰ ਸਾਹਿਤ ਅਕਾਦਮੀ ਪੁਰਸਕਾਰ ਤੁਹਾਨੂੰ ਪਤਾ ਹੈ ਕਿ ਦਿੱਲੀ ਵੱਲੋਂ ਦਿੱਤਾ ਜਾਂਦਾ ਹੈ ਔਰ ਨੈਕਸਟ ਗੱਲ ਕੀਤੀ ਜਾਂਦੀ ਆ ਪੀੜੂ ਨਾ ਸੌਰੀ ਇਸਦਾ ਹੋਏਗਾ ਪੀੜੂ ਨਾਲ ਨਾਰੀ ਕਿਸੇ ਦੀ ਉਸ ਵਿੱਚ ਸੋਜ ਅਲ ਹਦੀ ਕਿਸ ਸ਼ਾਇਰ ਦੀ ਕਾਵਤੂਕਾ ਹੈਗੀ ਹੈ ਇਹ ਵਾਲੀ ਕਾਵਤੂਕਾ ਕਿਸ ਸ਼ਾਇਰ ਦੀ ਹੈਗੀ ਹੈ ਹਾਫਿਜ਼ ਬਰਖੁਦਾਰ ਅਹਿਮਦ ਜਾਰ ਹਾਸ਼ਮ ਬਾਰਸ਼ਾ ਤਾਂ ਰਾਈਟ ਆਨਸਰ ਹੋਏਗਾ ਬਿਲਕੁਲ ਇੱਕ ਹੀ ਹੋਏਗਾ ਤੁਹਾਨੂੰ ਪਤਾ ਹੈ ਕਿ ਇਸ ਦਾ ਰਾਈਟ ਆਨਸਰ ਹੋ ਗਿਆ ਨੰਬਰ 2 ਅਹਿਮਦ ਜਾਰ ਨੈਕਸਟ ਗੱਲ ਕਰਦੇ ਹਾਂ ਔਰ ਜੇਕਰ ਤੁਹਾਨੂੰ ਕੋਸ਼ਿਸ਼ ਔਰ ਤੁਹਾਡੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨਾ ਤੁਸੀਂ ਲਾਈਕ ਸ਼ੇਅਰ ਕਰੋਗੇ ਔਰ ਜਿੰਨਾ ਤੁਸੀਂ ਜੇਕਰ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਨੂੰ ਜਿਹੜਾ 1000 ਵਿਊ ਤੇ ਕਿ ਜਿਹੜਾ ਲੈ ਜਾਂਦੇ ਹੋ ਤਾਂ ਵੀਡੀਓ ਤੁਹਾਡੇ ਲਈ ਉਸੇ ਹੀ ਦਿਨ ਅਪਡੇਟ ਕੀਤੀ ਜਾਏਗੀ ਠੀਕ ਆ ਇਸੇ ਕਰਕੇ ਜਿਹੜਾ ਅਸੀਂ ਵੀਡੀਓ ਲੈ ਕੇ ਆਉਣ ਬੱਚੇ ਜਿਹੜੇ ਥੋੜੀ ਦੇਰੀ ਕਰ ਦਿੰਦੇ ਨੇ ਕਿਉਂਕਿ ਤੁਸੀਂ ਪਿਆਰ ਥੋੜਾ ਜਿਹਾ ਕੱਟ ਦਿੰਦੇ ਹੋ ਇਸੇ ਕਰਕੇ ਜੇਕਰ ਤੁਸੀਂ ਜ਼ਿਆਦਾ ਪਿਆਰ ਦਿਓਗੇ ਤੁਹਾਨੂੰ ਓਨੀ ਹੀ ਜ਼ਿਆਦਾ ਵੀਡੀਓ ਮਿਲਣਗੀਆਂ ਦਾ ਲਾਈਕ ਸ਼ੇਅਰ ਦਾ ਥੋੜਾ ਜਿਹਾ ਧਿਆਨ ਜਰੂਰ ਰੱਖਿਆ ਕਰੋ ਕਿਉਂਕਿ ਸਾਨੂੰ ਵੀ ਫਿਰ ਇਹ ਲੱਗਦਾ ਕਿ ਤੁਸੀਂ ਸਾਨੂੰ ਪਸੰਦ ਕਰ ਰਹੇ ਹੋ ਸਾਡੀ ਮਿਹਨਤ ਕੀਤੀ ਤੁਹਾਡੇ ਲਈ ਲਾਹੇਵੰਦ ਹੈ ਅਗਰ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰੋਗੇ ਲਾਈਕ ਨਹੀਂ ਕਰੋਗੇ ਦੇਖੋਗੇ ਨਹੀਂ ਤਾਂ ਤਾਂ ਫਿਰ ਸਾਨੂੰ ਵੀਡੀਓ ਬਣਾਉਣ ਦਾ ਫਾਇਦਾ ਕੀ ਹੋਏਗਾ ਠੀਕ ਹੈ ਚਲੋ ਜੀ ਗੱਲ ਕਰਦੇ ਨੇ ਨੈਕਸਟ ਅਲੜ ਬਲੜ ਬਾਵੇ ਦਾ ਔਰ ਬਾਵੇ ਨੂੰ ਰੂ ਲਿਆਵੇਗਾ ਮਾਂ ਪੁਣੀਆਂ ਬੱਟੇਗੀ ਔਰ ਬੀਵੀ ਬੈਕੇ ਕੱਤੇਗੀ ਕਿਸ ਬੰਦਗੀ ਦੀ ਕੱਪ ਤਹਿਗੀ ਹੈ ਸ਼ਲੋਕ ਹੈ ਸ਼ੰਦ ਹੈ ਘੋੜੀ ਹੈ ਲੋਰੀ ਹੈ ਦਾ ਇਸ ਦਾ ਰਾਈਟ ਆਨਸਰ ਹੋ ਗਿਆ ਬਿਲਕੁਲ ਨੰਬਰ 3 ਲੋਰੀ ਇਸ ਦਾ ਰਾਈਟ ਆਨਸਰ ਹੋ ਗਿਆ ਲੋਰੀ ਠੀਕ ਹੈ ਤਿੰਨਵਾਂ ਨੈਕਸਟ ਨੈਕਸਟ ਗੱਲ ਕਰ ਲੈਨੇ ਆ ਪਾ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇ ਦਵਾਈਆਂ ਕਾਲਾ ਕੁੱਤਾ ਦੇ ਦਵਾਈਆਂ ਔਰ ਤੇਰੀਆਂ ਜੀਵਨ ਮੱਜੀ ਗਾਈਆਂ ਠੀਕ ਹੈ ਔਰ ਕਹਿੰਦੇ ਵੀ ਤੇਰੀਆਂ ਜੀਵਨ ਮੱਜੀ ਗਾਈਆਂ ਔਰ ਇੱਕ ਇਥੇ ਕੀ ਹੈਗਾ ਦਵਾ ਦਿੱਤੀ ਜਾ ਰਹੀ ਹੈ ਠੀਕ ਹੈ ਔਰ ਇੱਕ ਆਪਸਤਰ ਜਿਹੜੀ ਹੈਗੀ ਹੈ ਦਵਾ ਵਾਲੀ ਔਰ ਜਿਸ ਦੇ ਵਿੱਚ ਉਚਾਰੀਆਂ ਜਾਂਦੀਆਂ ਔਰ ਕਿਸ ਸਮੇਂ ਉਚਾਰੀਆਂ ਨਹੀਂ ਕਹਿ ਸਕਦੇ ਆਪਾਂ ਔਰ ਜੰਜ ਚੜਨ ਸਮੇਂ ਔਰ ਜੰਜ ਟੋਕਣ ਸਮੇਂ ਔਰ ਤੀਆਂ ਸਮੇਂ ਜਾਂ ਲੋੜੀ ਮੰਗਣ ਵੇਲੇ ਤਾਂ ਇਸ ਦਾ ਰਾਈਟ ਆਨਸਰ ਹੋ ਗਿਆ ਨੰਬਰ 4 ਲੋੜੀ ਮੰਗਣ ਵੇਲੇ ਜਿਹੜੀਆਂ ਕਾਪ ਟੁਕਾਂ ਉਚਾਰੀਆਂ ਜਾਂਦੀਆਂ ਨੈਕਸਟ ਗੱਲ ਕਰ ਰਹੇ ਨੇ ਪੰਜਾਬੀ ਕਹਾਣੀ ਸਿਧਾਂਤ ਇਤਿਹਾਸ ਤੇ ਪ੍ਰਵਿਰਤੀਆਂ ਇੱਕ ਰਚਨਾ ਹੈਗੀ ਆ ਔਰ ਔਰ ਕਿਸ ਲੋਕਚਕ ਦੀ ਰਚਨਾ ਹੈਗੀ ਹੈ ਠੀਕ ਹੈ ਟੀ ਆਰ ਬినੋਦ ਦੀ ਹੋएगी ਬਿਕਰਮ ਸਿੰਘ ਘੁੰਮਣ ਦੀ ਹੋएगी ਬ੍ਰਹਮ ਜਗਦੀਸ਼ ਸਿੰਘ ਦੀ ਹੋएगी ਔਰ ਬਲਦੇਵ ਸਿੰਘ ਢਾਲੀਵਾਲ ਦੀ ਰਾਈਟ ਆਨਸਰ ਹੋਏਗਾ ਬਿਲਕੁਲ ਨੰਬਰ 3 ਬ੍ਰਹਮ ਜਗਦੀਸ਼ ਸਿੰਘ ਦੀ ਨੈਕਸਟ ਗੱਲ ਲਖਦੇ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਔਰ ਕੀ ਹੈਗਾ ਇਹ ਮੁਹਾਵਰਾ ਹੈਗਾ ਬੁਜ਼ਾਰਤ ਹੈਗੀ ਹੈ ਬੋਲੀ ਹੈਗੀ ਹੈ ਜਾਂ ਖਾਣਾ ਹੈਗੀ ਹੈ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਨੰਬਰ 3 ਅਖਾਂ ਠੀਕ ਹੈ ਅੱਜ ਦਾ ਲੈਕਚਰ 13ਵਾਂ ਇੱਥੇ ਜਿਹੜਾ ਖਤਮ ਕਰਾਂਗੇ ਔਰ ਨੈਕਸਟ ਲੈਕਚਰ ਔਰ 14ਵਾਂ ਤੜੇ ਲਈ ਜਲਦੀ ਲੈ ਕੇ ਆਵਾਂਗੇ ਔਰ ਜੋ ਵੀ ਚੈਨਲ ਤੇ ਫਸਟ ਟਾਈਮ ਵਿਸਿਟ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜੋ ਬੈਲ ਆਈਕਨ ਦਾ ਬਟਨ ਤੁਹਾਡੇ ਕੇ ਸ਼ੋ ਹੋ ਰਿਹਾ ਉਸ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਤੁਸੀਂ ਉਸ ਨੂੰ ਪ੍ਰੈਸ ਕਰ ਦੋਗੇ ਔਰ ਜਦੋਂ ਵੀ ਅਸੀਂ ਕੋਈ ਨਵਾਂ ਵੀਡੀਓ ਲੈ ਕੇ ਆਵਾਂਗੇ ਜੌਬ ਨਾਲ ਸੰਬੰਧ ਸਟੱਡੀ ਨਾਲ ਸੰਬੰਧ ਔਰ ਸਭ ਤੋਂ ਪਹਿਲਾਂ ਤੁਹਾਡੇ ਤੇ ਇੱਕ ਅਲਾਰਮ ਜਿਹੜੀ ਔਰ ਇੱਕ ਮੈਸੇਜ ਜਿਹੜੀ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਜੀ ਮਿਲਦੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ